ਐਂ ਤਾਂ 24 ਘੰਟਿਆਂ ਬਾਅਦ ਰਿਜ਼ਲਟ ਆ ਪੈਂਦਾ ਇਸ ਦਵਾਈ ਦਾ, ਜਿਹੜੀ ਗਾਹ ਲਈ ਆਉਂਦੀ ਉਹਦਾ ਆਪੇ ਸੁੱਖ ਸੀ ਹੋਣਾ ਸਭ ਤੋਂ ਦੂਰੀ ਦਾ ਨਾ ਕਰਾਂ ਹੈ। ਅਸਲਾਮੁ ਅਲੈਕੁਮ ਦੋਸਤੋ, ਕੀ ਹਾਲ, ਉਮੀਦ ਕਰਨੇ ਆ ਫਿਟ ਫਾਟ ਹੋ। ਸੋ ਤੇ ਤੁਸੀਂ ਵੇਖਦੇ ਪਏ ਹੋ ਸਾਡਾ ਯੂਟਿਊਬ ਚੈਨਲ ਨਸੀਬ ਆਪਣਾ ਟੀ ਵੀ, ਅਤੇ ਮੈਂ ਤੁਹਾਡਾ ਆਪਣਾ ਵੀਰਾ ਤਸਵਰ ਖਾਨ ਬਲੋਚ। ਅਤੇ ਦੋਸਤੋ, ਅੱਜ ਜਿਹੜਾ ਮੌਸਮ ਹੈ ਬੜਾ ਮਜ਼ੇਦਾਰ ਹੈ। ਪੁੱਛੋ ਕਿਵੇਂ ਮਜ਼ੇਦਾਰ ਹੈ ਮੌਸਮ, ਇੰਨੇ ਮਜ਼ੇਦਾਰ ਹੈ ਕਿ ਬਈ ਕਿਸ ਟਾਈਮ ਬਾਰਿਸ਼ ਆਵਣ ਲੱਗ ਪੈਂਦੀ ਹੈ, ਕਿਸ ਟਾਈਮ ਹਨੇਰ ਸ਼ੁਰੂ ਹੋ ਪੈਂਦਾ ਹੈ, ਅਤੇ ਬਾਰਿਸ਼ ਹੀ ਕੁਝ ਆਈਏ ਬਈ ਇਹ ਕੱਪੜੇ ਵੇਦੇ ਪਏ ਹੋ ਸਿਰੇ, ਪਈ ਇੰਨੇ ਨਾਰਮਲ ਨਾਰਮਲ ਸਿੰਨੇ ਹਨ, ਪਏ 2 ਦਫ਼ਾ ਕਣੀਆਂ ਆਈਆਂ। ਅਤੇ ਬਾਕੀ ਮੌਸਮ ਬੜਾ ਜ਼ਬਰਦਸਤ ਖੂਬਸੂਰਤ ਹੈ, ਹਵਾ ਖੂਬਸੂਰਤ ਚੱਲੀ ਹੋਈ ਹੈ। ਬਾਕੀ ਗਰੀਨਰੀ ਚੈੱਕ ਕਰੋ, ਮਾਸ਼ਾਅੱਲਾ ਕਿਤਨੀ ਖੂਬਸੂਰਤੀ ਹੈ, ਸੁਬਹਾਨ ਅੱਲਾ। ਅਤੇ ਬੱਦਲ ਵੇਖ ਲਓ ਤੂੰ ਦੋਸਤੋ, ਚਿੱਟੇ ਬੱਦਲ ਆਖ ਲਓ ਤੈਨੂੰ, ਚਿੱਟੇ ਸਫੈਦ, ਮਾਸ਼ਾਅੱਲਾ ਕਿਆ ਹੀ ਬਾਤ ਹੈ। ਅਸਾਂ ਕਿਹਾ ਦੋਸਤਾਂ ਨਾਲ ਮੌਸਮ ਥੋੜ੍ਹਾ ਜਿਹਾ ਜਿਹੜਾ ਵੀ ਆ ਸ਼ੇਅਰ ਕਰ ਚੁੜਾ ਹੈ, ਮੌਸਮ ਦੀ ਸੂਰਤ ਹਾਲ ਜਿਹੜੀ ਹੈ ਸੱਜਣਾ ਬੇਲੀਆਂ ਨਾਲ ਸ਼ੇਅਰ ਕਰਾਂ। ਅਤੇ ਬਾਕੀ ਦੋਸਤੋ ਕਮੈਂਟ ਦੱਸੇ ਸੋ ਬਈ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਜਿਹੜਾ ਕਿਵੇਂ। ਬਾਕੀ ਦੋਸਤੋ ਇਹ ਕੋਈ ਜੱਟ ਵੀਰਾ ਵਧੇ ਹਨ ਸਪਰੇ ਕਰਨ ਦੇ, ਦਾਂ ਨੂੰ ਲੱਗੀ ਪਈ ਹੈ ਪੱਤੇ ਲਪੇਟ, ਉਹਦਾ ਸਪਰੇ ਕਰਨ ਦੇ ਵਧੇ ਹਨ। ਐ ਵੇਖ ਲਓ, ਤੁਹਾਨੂੰ ਜ਼ੂਮ ਕਰਕੇ ਚੈੱਕ ਕਰਾਵਾਂ, ਇਹ ਖਲੋਤੇ ਨੇ। ਬਾਕੀ ਮੈਂ ਆਖਿਆ ਦੋਸਤਾਂ ਨਾਲ ਸ਼ੇਅਰ ਕਰ ਛੁੜਾ ਹੈ। ਤੁਹਾਡੇ ਪਾਸੇ ਦੋਸਤੋ ਜੱਟ ਬਿਰਾ ਜਿਹੜੇ ਵੀਡੀਓ ਵੇਖਦੇ ਪਏ ਹੋ, ਕਿਸਾਨ ਬਿਰਾਦਰ, ਤੁਹਾਡੇ ਪਾਸੇ ਮੁੰਜੀ ਦਾਂ ਦੀ ਕੀ ਪੋਜੀਸ਼ਨ ਹੈ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ। ਸੋ ਅਤੇ ਇਹ ਅੱਗੂ ਬਗਲੇ ਵੀ ਬੈਠੇ ਨੇ, ਇਹ ਚੈੱਕ ਕਰੋ, ਰੋਜ਼ ਹੀ ਪਾਣੀ ਕਰਨ ਵਾਸਤੇ ਆਏ ਬੈਠੇ ਨੇ। ਸ਼ਾਬਾਸ਼ ਹਯਾਤੀਆਂ, ਵਾਹ ਭਾਈ ਵਾਹ। ਇਹਨਾਂ ਦੇ ਕੋਲ ਪਤਾ ਕਰੀਏ ਬਾਈ ਇਹ ਕਿਹੜਾ ਸਪਰੇ ਕਰ ਰਹੇ ਨੇ, ਤੁਹਾਡੇ ਨਾਲ ਸ਼ੇਅਰ ਕਰੇ ਨੇ, ਤੁਹਾਨੂੰ ਵੀ ਖਾਈਨੇ ਆ। ਪੱਤੇ ਲਪੇਟ ਦਾ ਕਰਦੇ ਪੈਣ, ਕੇਸ਼ਾ ਦਾ ਸਪਰੇ ਕਰਦੇ ਪੈਣ, ਚੱਲ ਕੇ ਤੁਹਾਨੂੰ ਸੁਣਵਾਈਨੇ ਆ ਜਾਂ ਤੁਹਾਨੂੰ ਵੀ ਖਾਈਨੇ ਆ ਜਿਹੜੀ ਦਵਾਈ ਇਸਤੇਮਾਲ ਕਰ ਰਹੇ ਨੇ, ਤੁਸਾਂ ਸਾਡੇ ਨਾਲ ਰਹਿਣਾ। ਕੇਸ਼ਾ ਦਾ ਸਪਰੇ ਮਰਦੇ ਪਏ ਹੋ, ਪੱਤੇ ਲਪੇਟ ਦਾ, ਪੁੜੀਆਂ ਕਿੱਥੇ ਨੇ ਪੂਰਾ ਚੈੱਕ ਕਰਾਂ ਮੈਂ। ਐ ਦੋਸਤੋ ਤੁਹਾਨੂੰ ਵਿਖਾਈਏ ਬਾਈ ਪੱਤੇ ਲਪੇਟ ਦਾ ਸਪਰੇ ਹੁੰਦਾ ਵੀ, ਐ ਪਤਾ ਨਹੀਂ ਨਸਲ ਕਿਹੜੀ ਹੈ, ਇਹ ਹੁਣ ਸਾਨੂੰ ਨਹੀਂ ਪਤਾ, ਤੁਸੀਂ ਖੁਦ ਪੜ ਸਕਦੇ ਹੋ, ਐ ਚੈੱਕ ਕਰ ਸਕਦੇ ਹੋ ਸਿਰੇ ਵੀ ਇਹ ਪੁੜੀ ਹੈ। ਹੋਰ ਕਿਹੜੀ ਨਾਲ ਦਵਾਈ ਹੈ, ਸਿਰੇ ਵੀ ਇਹ ਪੁੜੀ ਹੈ। ਅਤੇ ਜਿਹੜੀ ਇਹ ਕੀਤੀ ਨੇ ਇਹ ਕੇਸ਼ਾ ਦੀ ਹੈ, ਇਹ ਜਿਹੜੀ ਹੈ ਇਹ ਅਜੇ ਦੋਸਤੋ ਚੈੱਕ ਕਰ ਸਕਦੇ ਹੋ ਵੀ, ਯਾਨੀ ਕਿ ਜਿਹੜਾ ਕੋਈ ਡੀਲਾ ਜਾਂ ਸੰਭੂਖਾ ਵਗੈਰਾ ਹੈ ਪੀਆ, ਇਹ ਉਸ ਵਾਸਤੇ ਇਹ ਪੀਆ, ਯਾਨੀ ਕਿ ਉਹ ਵੀ ਖਤਮ। ਇਹ ਪਹਿਲੇ ਇਹ ਕੀਤੀ ਖਲਿਓ, ਉੱਤੋਂ ਇਹ ਦਸਤੀ ਕੀਤੀ ਖਲਿਓ, ਇਹ ਅੱਛਾ 3 ਦਿਨ ਹੋ ਗਏ ਨੇ, ਇਹ ਕਲੀਅਰ ਹੋ ਗਈ ਹੈ ਵੇ, ਮੋਜਾ ਤਾਂ ਕੋਈ ਨਹੀਂ। ਨਹੀਂ ਤਾਂ 24 ਘੰਟਿਆਂ ਬਾਅਦ ਰਿਜ਼ਲਟ ਆ ਪੈਂਦਾ ਇਸ ਦਵਾਈ ਦਾ, ਜਿਹੜੀ ਗਾਹ ਲਈ ਆਉਂਦੀ ਉਹਦਾ ਆਪੇ ਸੁੱਖ ਸੀ ਹੋਣਾ ਸਭ ਤੋਂ ਦੂਰੀ ਦਾ ਨਾ ਕਰਾਂ ਹੈ। ਅੱਛਾ ਦਾਂ ਮੁਕਦਾ ਵਾਂਦਾ ਤੂੰ ਇੱਥੇ ਨਹੀਂ। ਅੱਛਾ ਤੂੰ ਮੈਨੂੰ ਦੱਸ, ਇਹ ਜਿਹੜਾ ਤੂੰ 2 ਦਿਨ ਹੋਣ ਵਾਲੀ ਸਪਰੇ ਕੀਤਾ ਹੀ ਤੇ ਪਾਣੀ ਨਾ ਲਾਉਣਾ ਇਹਨਾਂ ਵਾਲੀ, 24 ਘੰਟੇ ਬਾਅਦ ਪਾਣੀ ਲੱਗਣਾ। ਮੈਂ ਕੋਈ ਪਾਣੀ ਲਾਇਆ ਦਾਂ ਨੂੰ, ਮੈਂ ਸਵੇਰੇ ਸਪਰੇ ਮਰਾਉਣਾ ਨਹੀਂ ਲਾਇਆ, ਤੇ 24 ਘੰਟਿਆਂ ਬਾਅਦ ਗਾਹ ਤਾਂ ਸੁੱਕਦਾ, ਸਿਆਣਾ ਬਣਿਆ। ਅੱਛਾ ਯਾਨੀ ਕਿ ਸਪਰੇ ਹੋ ਗਿਆ ਤੂੰ 24 ਘੰਟਿਆਂ ਬਾਅਦ ਉਹਨੂੰ ਪਾਣੀ ਲੱਗ ਸੀ ਤੇ ਤਾਂ ਸੁੱਕ ਸੀ। ਹਯਾਤੀਆਂ, ਤੇ ਚਾਹ ਪਾਈ ਰਵੇ ਆ ਟੈਂਕੀ ਸੱਜਣਾ ਬੇਲੀਆਂ ਨੂੰ ਵਿਖਾਈਏ ਬਾਈ ਟੈਂਕੀ ਕਿਵੇਂ ਚਵੀਂਦੀ ਹੈ ਮੋਟੇ ਦੇ ਉੱਤੇ, ਤੇ ਕਿਵੇਂ ਕੰਮ ਆਉਂਦਾ ਹੈ, ਕਿਤਨਾ ਮੁਸ਼ਕਿਲ ਆਉਂਦਾ ਹੈ।
ਸ਼ਹਿਰੀ ਬਾਬੂ ਤੇ ਜਿਹੜੇ ਨੇ ਬੈਠੇ ਨੇ ਸੌਕੀ ਆਰਾਮ ਸਕੂਨ ਨਾਲ ਦੁਕਾਨਾਂ ਤੋਂ ਚਾਵਲ ਲਈ ਸਨ ਖਮ ਸਨ ਤੇ ਸਾਡੀ ਚਾਵਲ ਦੇ ਉੱਤੇ ਦੋਸਤੋ ਮਿਹਨਤ ਹੁੰਦੀ ਪਈ ਹੈ, ਚੈੱਕ ਕਰੋ ਮਾਸ਼ਾ ਅੱਲਾ। ਇੱਕ ਭਾਈ ਟੈਂਕੀ ਰੱਖ ਲਈ ਹੈ ਮੋਢੇ ਤੇ ਦੂਜਾ ਚਾਹੀਦਾ ਪਈ ਹੈ, ਕਿਆ ਹੀ ਬਾਤ ਹੈ। ਕਾਬੂ ਦੋਸਤੋ ਟੈਂਕੀਆਂ ਦੂਏ ਮੋਢੇ ਤੇ ਰੱਖ ਲਈਆਂ ਨੇ ਤੇ ਹੁਣ ਫੁਆਰਾ ਛੁੜਿਆ ਦੇ ਪੈਣ, ਬਾਕੀ ਸੂਰਜ ਦਾ ਵੈਦਰ ਚੈੱਕ ਕਰੋ ਮਾਸ਼ਾ ਅੱਲਾ, ਕਿਆ ਹੀ ਬਾਤ ਹੈ। ਬਦਲਾਂ ਦੇ ਵਿੱਚੋਂ ਖੂਬਸੂਰਤ ਲਸਕਾਰਾ ਮਰਿਆਂਦਾ ਪਈ ਹੈ, ਸੁਭਾਨ ਅੱਲਾ ਮਾਸ਼ਾ ਅੱਲਾ। ਅਤੇ ਬੜੀ ਠੱਡੀ ਠੱਡੀ ਅਤੇ ਮਿੱਠੀ ਮਿੱਠੀ ਹਵਾ ਚੱਲੀ ਹੋਈ ਹੈ, ਠੱਡੀ ਮਿੱਠੀ ਮੌਸਮ ਬੜਾ ਜ਼ਬਰਦਸਤ ਬਣਿਆ ਖਲੋਤਾ ਹੈ, ਇੰਜੋਏ ਕਰਨ ਵਾਲਾ ਸੈਲ ਕਰਨ ਵਾਲਾ ਮੌਸਮ ਬਣਿਆ ਖਲੋਤਾ। ਅਤੇ ਬਾਕੀ ਚੈੱਕ ਕਰੋ ਫੁਆਰੇ ਛੋੜ ਦਿੱਤੇ ਨੇ ਜੱਟਾਂ ਪੀਰਾਂ ਵਾਂ, ਮਾਸ਼ਾ ਅੱਲਾ। ਇਹ ਹੁਣ ਤਕਰੀਬਨ ਇੰਨੇ ਘੰਟੇ ਦੂਰ ਦੇ ਵਿੱਚ ਸਾਰਾ ਦਾਨ ਜਿਹੜਾ ਇਹਨੂੰ ਸਪਰੇ ਮਾਰੀ ਖਲੋਤੇ ਨੇ, ਇੱਕ ਘੰਟਾ ਡੇਢ ਹੋਇਆ ਆਇਆ ਅਤੇ ਸਪਰੇ ਮਾਰ ਕੇ ਕਲੀਅਰ ਕੀਤੀ ਖਲੋਤੇ ਨੇ। ਪੱਲੇ ਦੇ ਉੱਤੇ ਵੇਖ ਲਓ, ਬਹੁ ਵਾਲੇ ਪੱਲੇ ਦੇ ਉੱਤੇ ਬਗਲੇ ਬਿਰਾਦਰ ਬੈਠੇ ਨੇ, ਬਗਲੇ ਬਿਰਾਦਰ ਇੰਜੋਏ ਕਰ ਰਹੇ ਨੇ ਮੌਸਮ ਨੂੰ ਉਹ ਵੀ। ਅਤੇ ਬਾਕੀ ਉਮੀਦ ਕਰਦੇ ਹਾਂ ਦੋਸਤੋ ਸਾਡਾ ਅੱਜ ਦਾ ਛੋਟਾ ਜਿਹਾ ਵਲੌਗ ਤੁਹਾਨੂੰ ਪਸੰਦ ਆਇਆ ਸੀ, ਅਗਰ ਸਾਡਾ ਵਲੌਗ ਪਸੰਦ ਆਇਆ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰੇ ਸੋ। ਅਤੇ ਆਪਣੇ ਵਿਰਾਤ ਸਵਰ ਖਾਨ ਵੱਲੋਂ ਇਹਨੂੰ ਦੀ ਇਜਾਜ਼ਤ, ਮਿਲਸਾਂ ਨੈਕਸਟ ਵਲੌਗ ਦੇ ਵਿੱਚ, ਜ਼ਿੰਦਗੀ ਰਹੀ ਤਾਂ ਤਦ ਤੱਕ ਕੇ ਲੀਏ ਆਲਾ ਹਾਫਿਜ਼ ਬਾਏ।